ਚੜੂਨੀ ਸਾਹਿਬ 12 ਦਿਨ ਹੋ ਗਏ ਅੱਜ ਪੀਟੀਆਈ ਟੀਚਰਾਂ ਨੂੰ ਇੱਥੇ ਟੈਂਕੀ ਤੇ ਚੜਿਆ ਨੂੰ, ਪਰ ਹਲੇ ਤੱਕ ਸਰਕਾਰ ਵੱਲੋਂ ਕੋਈ ਸੁਣਾਈ ਨਹੀਂ ਕੀਤੀ। ਰੋਜ਼ਾਨਾ ਇਹਨਾਂ ਨੂੰ ਕੋਈ ਨਾ ਕੋਈ ਲਾਰਾ ਲਾ ਕੇ ਇੱਥੋਂ ਨਿਕਲ ਜਾਂਦੇ। ਦੇਖੋ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਜਿਹੜੇ ਸੰਘਰਸ਼ ਬੱਚੇ ਕਰ ਰਹੇ ਨੇ ਉਹ 2011 'ਚ ਭਰਤੀ ਹੋਣੀ ਸੀ, ਆਪਣੇ ਰੋਜ਼ਗਾਰ ਵਾਸਤੇ ਲੜ ਰਹੇ, ਆਪਣੇ ਜਿਉਂਦਾ ਰਹਿਣ ਵਾਸਤੇ ਸੰਘਰਸ਼ ਕਰ ਰਹੇ ਨੇ। ਅਤੇ ਦੁੱਖ ਦੀ ਗੱਲ ਇਹ ਹੈ ਕਿ 12 ਦਿਨ ਬਾਅਦ ਵੀ ਸਰਕਾਰ ਨਹੀਂ ਸੁਣ ਰਹੀ ਅਤੇ ਹਾਲਤ ਵੀ ਉਹਨਾਂ ਦੀ ਖਰਾਬ ਦੱਸ ਰਹੇ ਨੇ ਕਈਆਂ ਦੀ, ਅਤੇ ਭਾਈ ਭੁੱਖ ਹੜਤਾਲ 'ਤੇ ਨੇ, ਇਹ ਹੋਰ ਚਿੰਤਾ ਦਾ ਵਿਸ਼ਾ ਹੈ। ਅਤੇ ਸਰਕਾਰ ਸਾਡੇ ਵੱਲੋਂ ਵੀ ਜਿਹੜੀ ਹੈ ਆਪਣੀ ਯੂਨੀਅਨ ਵੱਲੋਂ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਬੱਚਿਆਂ ਦੀ ਛੇਤੀ ਤੋਂ ਛੇਤੀ ਗੱਲ ਸੁਣੇ, ਅਤੇ ਜਿਹੜਾ ਉੱਥੇ ਕੁੜੀ ਉਹਦੀ ਹਾਲਤ ਖਰਾਬ ਦੱਸ ਰਹੇ ਨੇ ਉਹਦਾ ਇਲਾਜ ਤੁਹਾਨੂੰ ਉੱਥੇ ਡਾਕਟਰ ਭੇਜਣ ਜੋ ਮਰਜ਼ੀ ਕਰੇ, ਅਤੇ ਛੇਤੀ ਇਹਨਾਂ ਦੀ ਗੱਲ ਸੁਣੇ ਅਤੇ ਮੰਨੇ। ਹਰ ਸਰਕਾਰ ਦੇ ਵਿੱਚ ਅਜਿਹੀ ਮਤਲਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ, ਕੋਈ ਕਿਸੇ ਵੀ ਡਿਪਾਰਟਮੈਂਟ ਹੋਵੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਜਾਂ ਫਿਰ ਜੋਬ ਨਹੀਂ ਦਿੱਤੀਆਂ ਜਾਂਦੀਆਂ ਜੀ, ਅਜਿਹੇ ਹਾਲਾਤ ਹਿੰਦੁਸਤਾਨ ਦੇ ਵਿੱਚ ਕਿਉਂ ਬਣਦੇ ਜਾ ਰਹੇ? ਇਹਨਾਂ ਨੂੰ ਆਪਾਂ ਸਰਕਾਰੀ ਸਰਕਾਰ ਨਹੀਂ ਕਹਿ ਸਕਦੇ, ਇਹਨਾਂ ਨੂੰ ਆਪਾਂ ਰਾਜਨੀਤਿਕ ਗਿਰੋਹ ਕਹਿ ਸਕਦੇ। ਇਹ ਰਾਜਨੀਤਿਕ ਗਿਰੋਹ ਨੇ ਜਾਂ ਮੇਰੇ ਕੋਲ ਤਾਂ ਇਸ ਤੋਂ ਵੀ ਭੱਦੇ ਸ਼ਬਦ ਵੀ ਹੈ ਇਹਨਾਂ ਵਾਸਤੇ, ਪਰ ਉਹ ਚੰਗਾ ਨਹੀਂ ਲੱਗਦਾ ਬੋਲਦਾ। ਇਹ ਜਿਹੜੇ ਨੇ ਬਿਜ਼ਨਸ ਕਰ ਰਹੇ ਨੇ, ਰਾਜਨੀਤੀ ਨਹੀਂ ਕਰ ਰਹੇ। ਰਾਜਨੀਤੀ ਤਾਂ ਹੁੰਦੀ ਹੈ ਰਾਜ ਕਰਨ ਦੀ ਨੀਤੀ, ਸਾਰੇ ਸੁਖੀ ਰਹਿਣ, ਪੂਰਾ ਦੇਸ਼ ਸੁਖੀ ਬਸੇ, ਹਰ ਬੰਦੇ ਨੂੰ ਜਿਹੜਾ ਸਭ ਤੋਂ ਥੱਲੇ ਵਾਲਾ ਹੈ ਉਹਨੂੰ ਵੀ ਘੱਟ ਤੋਂ ਘੱਟ ਉਹ ਸੁਵਿਧਾ ਜਿਹੜੀ ਇਨਸਾਨ ਨੂੰ ਜਿਉਂਦਾ ਰਹਿਣ ਵਾਸਤੇ ਚਾਹੀਦੀ ਉਹ ਸਭ ਨੂੰ ਮਿਲਣੀਆਂ ਚਾਹੀਦੀਆਂ। ਪਰ ਇੱਥੇ ਕਿਤੇ ਇਹਦੀ ਤਬਾਹੀ ਹੋ ਗਈ, ਇੱਥੇ ਸੁਵਿਧਾ ਉਤਲੇ ਨੂੰ ਹੈ। ਇੱਕ ਅਫਸਰ ਹੈ 2 ਲੱਖ ਰੁਪਈਆ ਤਨਖਾਹ ਲੈ ਰਿਹਾ ਹੈ, ਉਹਦਾ ਸਾਰਾ ਖਰਚਾ ਸਰਕਾਰ ਚੱਕਦੀ ਹੈ। 108 ਤਰ੍ਹਾਂ ਦੀ ਸੁਵਿਧਾ ਹੈ, ਉਹ ਪਹਿਲਾਂ ਹੀ ਅਰਬਪਤੀ ਹੈ ਅਤੇ ਉਹ ਬਿਮਾਰ ਹੁੰਦਾ ਹੈ, ਉਹਦਾ ਅਮਰੀਕਾ 'ਚ ਇਲਾਜ ਕਰਾਉਂਦਾ, 10 ਕਰੋੜ ਖਰਚ ਕਰਦਾ ਅਤੇ ਸਾਰਾ ਸਰਕਾਰ ਦੇਖ ਜਾਂਦਾ ਜੀ ਜਾਂਦਾ। ਅਤੇ ਜੇ ਇੱਕ ਗਰੀਬ ਦਾ ਬੱਚਾ ਬਿਮਾਰ ਹੋ ਜੇ ਫਿਰ ਕੋਈ ਇਲਾਜ ਕਰਾਏਗੀ ਸਰਕਾਰ? ਅਤੇ ਮਤਲਬ ਇੱਥੇ ਸੁਵਿਧਾ ਉਤਲੇ ਵਾਲੇ ਨੂੰ ਹੈ, ਸੁਵਿਧਾ ਥੱਲੜੇ ਵਾਲੇ ਨੂੰ ਚਾਹੀਦੀ ਹੈ। ਅਤੇ ਇਹ ਰਾਜਨੀਤਿਕ ਗਿਰੋਹ ਨੇ, ਅੱਜ ਸਾਡੀ ਬਦਕਿਸਮਤੀ ਹੈ ਕਿ ਇਹੋ ਜਿਹੀ ਸਰਕਾਰਾਂ ਦੀ ਸੋਚ ਇੱਥੇ ਬਣ ਗਈ। ਅਤੇ ਇਹ ਮੰਗ ਕੀ ਕਰ ਰਹੇ ਨੇ? ਇਹੋ ਹੀ ਮੰਗ ਕਰ ਰਹੇ ਨੇ, ਕਰ ਦੇਣ, ਕਿਹੜਾ ਰੋਕਦਾ? ਹੱਥ ਬੰਨੇ ਨੇ ਉਹਨਾਂ ਦੇ ਕਿਸੇ ਨੇ? ਇੱਕ ਦਿਨ 'ਚ ਕਰ ਸਕਦੇ ਨੇ, ਐਮਰਜੈਂਸੀ ਮੀਟਿੰਗ ਬੁਲਾ ਸਕਦੇ ਨੇ, 1 ਦਿਨ 'ਚ ਕਰ ਸਕਦੇ ਨੇ, ਕੋਈ 6 ਮਹੀਨੇ ਲੱਗਦੇ ਨੇ। ਇਹ ਲੋਕਾਂ ਨੂੰ ਕਹੇ, ਸਰਕਾਰਾਂ ਤੋਂ ਮੰਗ ਕਰ ਰਹੇ ਨੇ, ਪਹਿਲੀ ਵੀ ਹੈ ਸੀ, ਉਸ ਤੋਂ ਪਹਿਲੀ ਵੀ ਹੈ ਸੀ, ਹੁਣ ਵਾਲੀ ਵੀ ਹੈ, ਅਤੇ ਜੇ ਕੋਈ ਨਹੀਂ ਸੋਚਦਾ ਤਾਂ ਟੰਕੀ 'ਤੇ ਚੜ੍ਹਨ ਦਾ ਕੋਈ ਸ਼ੌਕ ਥੋੜ੍ਹਾ ਜਿਹਾ ਕਿਸੇ ਨੂੰ ਚੜ੍ਹਨ ਦਾ? ਚੜੂਨੀ ਸਾਹਿਬ, ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਕਿ ਰਾਜਨੀਤਿਕ ਗਿਰੋਹ ਨੇ ਅਤੇ ਜਿਹੜਾ ਪੰਜਾਬ ਨੂੰ ਬਰਬਾਦ ਕਰਨ 'ਤੇ ਲੱਗੇ ਨੇ, ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਵੀ ਹੋ, ਅਤੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਗਿਰੋਹ ਨੂੰ ਖਤਮ ਕੀਤਾ ਜਾ ਸਕੇ ਅਤੇ ਪੰਜਾਬ ਲਈ ਵਧੀਆ ਕੁਛ ਕੀਤਾ ਜਾ ਸਕੇ? ਇਕੱਲੇ ਪੰਜਾਬ ਨੂੰ ਖਤਮ ਨਹੀਂ ਕਰ ਰਹੇ, ਪੂਰੇ ਦੇਸ਼ ਨੂੰ ਖਤਮ ਕਰ ਰਹੇ। ਇਕੱਲੇ ਪੰਜਾਬ ਨੂੰ ਨਹੀਂ, ਇਹਨਾਂ 'ਤੇ ਦੇਸ਼ ਤਬਾਹ ਕਰਕੇ ਰੱਖਦਾ ਹੈ। ਅਤੇ ਜਿੱਥੋਂ ਤੱਕ ਮੋਰਚੇ ਦਾ ਸਵਾਲ ਹੈ, ਮੋਰਚਾ ਤਾਂ ਅਜੇ ਆਪਣੀ ਲੜਾਈ ਜਿਹੜੀ 3 ਕਾਨੂੰਨਾਂ ਦੀ ਅਤੇ MSP ਦੀ ਉਹ ਲੜ ਰਿਹਾ, ਉਹਦੇ ਵਿੱਚ ਆਪਾਂ ਅਜੇ ਬੀਜੀ ਹਾਂ। ਉਹ ਜਦੋਂ ਤੱਕ ਨਹੀਂ ਸਿਰੇ ਚੜ੍ਹਦੀ ਉਦੋਂ ਤੱਕ ਤਾਂ ਉਹ ਅੰਦੋਲਨ ਆਪਾਂ ਚਲਾਵਾਂਗੇ। ਅਤੇ ਉਸ ਤੋਂ ਇਲਾਵਾ ਅਸੀਂ ਆਪਣੇ ਵੱਲੋਂ ਇੱਕ ਹੋਕਾ ਦੇ ਰਹੇ ਹਾਂ ਪੰਜਾਬ ਨੂੰ ਕਿ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ, ਬਾਕੀ ਪੂਰੇ ਦੇਸ਼ ਦੇ ਵਿੱਚ 2024 'ਚ ਹੈ, ਅਤੇ ਇੱਥੋਂ ਕੋਈ ਸ਼ੁਰੂਆਤ ਰਾਜਨੀਤੀ ਬਦਲਣ ਦੀ ਲੋੜ ਹੈ। ਗੰਦੇ ਲੋਕ ਰਾਜਨੀਤੀ ਵਿੱਚ ਚਲੇ ਗਏ, ਜਾਂ ਇਹ ਕਹਿ ਲਓ ਕਿ ਰਾਜਨੀਤੀ ਦੇ ਵਿੱਚ ਜਾ ਕੇ ਉਹਨਾਂ ਨੇ ਰਾਜਨੀਤੀ ਨੂੰ ਬਿਜ਼ਨਸ ਸਮਝ ਲਿਆ, ਉਹਨੂੰ ਸ਼ੁੱਧ ਕਰਨ ਦੀ ਲੋੜ ਹੈ। ਸ਼ੁੱਧ ਕਿਵੇਂ ਹੋਊਗਾ? ਕਿਸਾਨ ਯੂਨੀਅਨ ਦਾ ਕਹਿੰਦਾ ਚੋਣ ਲੜਨੀ ਨਹੀਂ, ਤੁਸੀਂ ਸਿਰਫ ਐਲਾਨ ਕਰ ਰਹੇ ਹੋ ਕਿ ਲੜਨੀ ਚਾਹੀਦੀ ਆ, ਸ਼ੁੱਧ ਕਿਵੇਂ ਨਿਕਲੂਗਾ, ਹੱਲ ਕਿਵੇਂ ਨਿਕਲੂਗਾ? ਮੁੜ ਪੋਲੀਟੀਕਲ ਉਹੀ ਆ ਜਾਂਦਾ, ਇੱਕ ਲੈ ਜਾਂਦਾ ਦੂਜਾ ਆ ਜਾਂਦਾ। ਇਹ ਵਿਚਾਰਧਾਰਾ ਹੁੰਦੀ ਹੈ, ਅਸੀਂ ਆਪਣੀ ਵਿਚਾਰਧਾਰਾ ਛੱਡ ਰਹੇ ਹਾਂ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ, ਦੂਜਾ ਹੱਲ ਕਿਸੇ ਕੋਲ ਹੈ ਹੀ ਨਹੀਂ। ਅਸੀਂ ਪੂਰੇ, ਤੁਸੀਂ ਵੀ ਬੁੱਧੀਜੀਵੀ ਖੜ੍ਹੇ ਹੋ, ਮੀਡੀਆ ਵਾਲੇ ਬੜੀ ਅਹਿਮੀਅਤ ਰੱਖਦੇ ਨੇ, ਚੌਥਾ ਸਤੰਭ ਹੁੰਦਾ ਹੈ ਆਜ਼ਾਦੀ ਦਾ। ਕੋਈ ਜੇ ਇਲਾਜ ਹੋਏ ਮੈਨੂੰ ਦੱਸੋ, ਬਿਨਾਂ ਰਾਜਨੀਤੀ ਤੋਂ ਕੋਈ ਸੁਧਾਰ ਹੋ ਸਕਦਾ ਹੋਏ ਮੈਨੂੰ ਦੱਸੋ। ਅੰਦੋਲਨ 'ਚ ਆਪਾਂ 7-11 ਮਹੀਨੇ ਤੋਂ ਬੈਠੇ ਹਾਂ, 700 ਬੰਦਾ ਸਾਡਾ ਮਰ ਗਿਆ ਹੈ, ਗੱਡੀਆਂ ਚੜ੍ਹਾ ਕੇ ਸਾਨੂੰ ਕੁਚਲਤਾ ਹੈ, ਕੀ ਕਿਸੇ ਨੇ ਮੰਨੀ ਹੈ, ਕਿਸੇ ਨੇ ਸੁਣੀ ਹੈ? ਅਤੇ ਜੇ ਸੁਣਨਗੇ ਵੀ ਸਾਡੇ ਬੈਠਿਆਂ ਤੁਸੀਂ ਦੇਖੋ, ਜੀਰੀ ਵਿਕਰੀ ਹੈ, ਬਾਜਰਾ 1200 ਵਿਕ ਰਿਹਾ, ਕਿਹੜੀ ਫਸਲ ਵਿਕਰੀ ਹੈ, ਕਿਹੜਾ ਸਾਨੂੰ ਲੁੱਟ ਰਹੇ ਨੇ, ਹੁਣ ਵੀ ਸੂਸਾਈਡ ਕਰ ਰਹੇ ਨੇ, ਨਰਮਾ ਖਰਾਬ ਹੋ ਗਿਆ, ਕਈ ਸੂਸਾਈਡ ਕਰ ਗਏ, ਪੋਲੇ ਪੈ ਗਏ, ਕਿਹੜੇ ਸਾਨੂੰ ਮਿਲਿਆ ਮੁਆਵਜ਼ਾ?
ਇਹ ਜਿਹੜਾ ਸਾਰਾ ਚੀਜ਼ ਹੈ ਇਹ ਸਾਡੇ ਹੁੰਦਿਆਂ ਹੁੰਦਿਆਂ ਹਰਿਆਣਾ ਦੇ ਵਿੱਚ ਲੈਂਡ ਬੈਂਕ ਕਰਤਾ ਹੈ, ਅੱਗੇ ਮਤਲਬ ਬੜੇ ਪਲਾਟ ਬਣਾ ਕੇ ਕੰਪਨੀਆਂ ਨੂੰ ਦੇਣ ਦੀ ਤਿਆਰੀ ਕਰ ਰਹੇ ਹਾਂ, ਸਾਡੇ ਹੁੰਦਿਆਂ ਹੁੰਦਿਆਂ ਕਰ ਰਹੇ ਹਾਂ। ਅਤੇ ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੋਏਗੀ, ਵਿਚਾਰਧਾਰਾ ਤੁਸੀਂ ਖੁਦ ਚੋਣ ਲੜ ਰਹੇ ਹੋ, ਤੁਸੀਂ ਚੋਣ ਲੜੋਗੇ ਹਰਿਆਣੇ ਦੇ ਵਿੱਚ ਜੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ, ਹੈ ਤੁਹਾਡਾ ਕੋਈ ਆਪ? ਨਹੀਂ, ਮੈਂ ਤਾਂ ਪੰਜਾਬ ਦੇ ਭਰਾਵਾਂ ਨੂੰ ਹੱਥ ਜੋੜ ਰਿਹਾ ਵਾਂ, ਇਕੱਠੇ ਕਰ ਰਿਹਾ ਵਾਂ ਕਿ ਪੰਜਾਬ ਦੇ ਭਰਾਵੋ ਤੁਹਾਡੇ ਕੋਲ ਇਸ ਟਾਈਮ ਵਕਤ ਹੈ, ਤੁਸੀਂ ਸਾਰੇ ਦੇਸ਼ ਨਾਲੋਂ ਜ਼ਿਆਦਾ ਸਮਝਦਾਰ ਹੋ। ਪੰਜਾਬ ਦੇ ਵਿੱਚ ਜਾਤੀਵਾਦ ਧਰਮਵਾਦ ਘੱਟ ਚੱਲਦਾ ਹੈ, ਬਾਕੀ ਦੇ ਵੰਡੇ ਹੋਏ ਨੇ ਇਹਨਾਂ ਨੇ, ਤੁਸੀਂ ਸਮਝਦਾਰ ਹੋ, ਤੁਸੀਂ ਬਦਲਾਓ ਸਭ ਤੋਂ ਪਹਿਲਾਂ ਕਰਦੇ ਹੋ, ਇਹਨਾਂ ਰਵਾਇਤੀ ਪਾਰਟੀਆਂ ਨੂੰ ਕੱਢੋ ਬਾਹਰ, ਚੰਗੇ ਲੋਕ, ਇਮਾਨਦਾਰ ਲੋਕ, ਜਿਹੜੇ ਸੇਵਾ ਕਰਨ ਵਾਲੇ ਲੋਕ ਨੇ, ਜਿਹੜੇ ਸੰਘਰਸ਼ੀ ਲੋਕ ਨੇ, ਉਹਨਾਂ ਨੂੰ ਅੱਗੇ ਲਿਆਓ, ਰਾਜਨੀਤੀ ਸ਼ੁੱਧ ਕਰਨ ਦੀ ਲੋੜ ਹੈ। ਇੱਕ ਲਾਸਟ ਸਵਾਲ ਹੈ, ਤੁਸੀਂ ਅੱਜ ਇੱਥੇ ਆਏ ਹੋ, ਇਹਨਾਂ ਦੇ ਲਈ ਕੀ ਕਰੋਗੇ? ਧਰਨੇ ਤੇ ਬੈਠਣ ਲੱਗੇ ਹੋ ਇਹਨਾਂ ਦੇ ਨਾਲ, ਜਾਂ ਇਹਨਾਂ ਦੇ ਉੱਤੇ ਸਾਥੀਆਂ ਨਾਲ ਗੱਲ ਕਰਕੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਜਾਂ ਕਿਸੇ ਲੀਡਰ ਨਾਲ ਗੱਲ ਕਰੋਗੇ, ਕੀ ਕਰਨ ਜਾ ਰਹੇ ਇਹਨਾਂ ਲਈ? ਅਸੀਂ ਤਾਂ ਤੁਹਾਡੇ ਨਾਲ ਹੀ ਗੱਲ ਕਰ ਸਕਦੇ ਹਾਂ, ਸਾਡੀ ਤਾਂ ਪਹੁੰਚ ਤੁਹਾਡੇ ਤੱਕ ਹੀ ਹੈ, ਤੁਸੀਂ ਅੱਗੇ ਸਾਡੀ ਗੱਲ ਸਰਕਾਰ ਕੋਲ ਪਹੁੰਚਾਓ, ਕਿਉਂ ਇਹਨਾਂ ਨੂੰ ਬੇਗੁਨਾਹਾਂ ਨੂੰ ਮਾਰ ਰਹੇ ਹੋ? ਇਹਨਾਂ ਨੂੰ ਬਚਾਓ, ਮੰਗ ਕੀ ਰਹੇ ਨੇ? ਇਹ ਤਾਂ ਇਹਨਾਂ ਦੀ ਮੰਗ ਹੀ ਕੁਛ ਨਹੀਂ, ਸਰਕਾਰ ਨੇ ਨੌਕਰੀਆਂ ਕੱਢੀਆਂ ਸੀ, ਉਹ ਵੀ ਤਾਂ ਮੰਗ ਰਹੇ ਨੇ, 11 ਸਾਲ ਬਾਅਦ ਕੀ ਮੰਗ ਲਿਆ ਇਹਨਾਂ ਨੇ? ਬਿਲਕੁਲ ਸਰ, ਚੁਣੇ ਸਾਹਿਬ ਕੀ ਲੱਗਦਾ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹ ਸਾਬਕਾ ਮੁੱਖ ਮੰਤਰੀ ਪੰਜਾਬ ਵੀ ਰਹੇ ਨੇ, ਤਾਂ ਉਹਨਾਂ ਨੇ ਇੱਕ ਨਵੀਂ ਵੱਖਰੀ ਪਾਰਟੀ ਬਣਾਉਣ ਦਾ ਐਲਾਨ, ਮਤਲਬ ਕਿ ਜੋ ਚਰਚਾ ਚੱਲ ਰਹੀ ਹੈ ਕਿ ਕਰ ਦੇਣਗੇ, ਅਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਸਮਰਥਨ ਉਹ ਬੀਜੇਪੀ ਨਾਲ ਕਿਤੇ ਨਾ ਕਿਤੇ ਹੋਏਗਾ, ਕੀ ਇਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਕਾਨੂੰਨ 'ਤੇ ਕਿਆ ਮੋਦੀ ਸਰਕਾਰ ਝੁਕ ਜਾਏਗੀ ਅਤੇ ਪੰਜਾਬ ਦੇ ਲਈ ਕੁਝ ਬਿਹਤਰ ਕਰ ਸਕਦੀ ਹੈ? ਦੇਖੋ, ਇਹ ਜਿਹੜੇ ਰਾਜਨੇਤਾ ਹੁੰਦੇ ਨਾ, ਮੈਂ ਦੱਸਿਆ ਇਹ ਬਣ ਗਏ ਬਿਜ਼ਨਸਮੈਨ, ਜੇ ਇੱਧਰ ਬਿਜ਼ਨਸ ਠੀਕ ਹੁੰਦਾ ਤਾਂ ਇੱਧਰ ਕਰ ਲਿਆ, ਜੇ ਉੱਧਰ ਬਿਜ਼ਨਸ ਠੀਕ ਹੁੰਦਾ ਤਾਂ ਉੱਧਰ ਕਰ ਲਿਆ, ਜੇ ਇੱਧਰ ਮੁਨਾਫਾ ਜ਼ਿਆਦਾ ਹੁੰਦਾ ਤਾਂ ਇੱਧਰ ਆ ਗਏ, ਜੇ ਉੱਧਰ ਮੁਨਾਫਾ ਹੁੰਦਾ ਜ਼ਿਆਦਾ ਹੁੰਦਾ ਤਾਂ ਉੱਧਰ ਚਲੇ ਗਏ। ਕੀ ਲੱਗਦਾ ਤੁਹਾਨੂੰ ਕਿ ਮਤਲਬ ਇਸ ਵਾਰ ਵੀ ਇਹ ਕਾਮਯਾਬ ਹੋ ਜਾਣਗੇ ਪੰਜਾਬ 'ਚ, ਮਤਲਬ ਜਿਹੜੀ ਪੰਜਾਬ ਦੇ ਆਵਾਮ ਹੈ ਇਹਨਾਂ ਦੀ ਗੱਲ ਸੁਣੇਗੀ? ਇਹ ਤਾਂ ਰੱਬ ਜਾਣਾ ਜੀ, ਇਹ ਤਾਂ ਸਾਨੂੰ ਕੀ ਪਤਾ, ਇਹ ਤਾਂ ਤੁਹਾਨੂੰ ਪੱਤਰਕਾਰਾਂ ਜ਼ਿਆਦਾ, ਹੁਣ ਮੈਂ ਤਾਂ ਅਨਪੜ੍ਹ ਬੰਦਾ ਯਾਰ, ਮੈਂ ਇੰਨਾ ਗਿਆਨੀ ਥੋੜ੍ਹੀ, ਮੈਂ ਪਹਿਲਾਂ ਦੱਸ ਦਿਆਂ ਕਿਹਨੂੰ ਫਾਇਦਾ ਹੋਇਆ ਕਿਹਨੂੰ ਨੁਕਸਾਨ ਹੋਏਗਾ।